بسم اللہ الرحمن الرحیم ਤੇ ਅਸਲਾਮ ਵਾਲੇਕਮ ਅੱਜ ਦੇ ਪੰਜਾਬੀ ਵੀਲੌਗ ਚ ਸਜਣਾ ਮਿਤਰਾ ਭੈਣਾ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਨਾਲ ਦੋ ਤਿੰਨ ਗੱਲਾਂ ਸਾਂਝੀਆਂ ਕਰਨੀਆਂ ਨੇ ਜਿਹੜੀ ਪਹਿਲੀ ਗੱਲ ਤੇ ਚਾਨਣ ਪਾਉਣਾ ਉਹ ਹੈ ਕੱਚੇ ਦੇ ਡਾਕੂ ਤੇ ਚੌਧਰੀ ਨਿਜ਼ਾਮਦੀਨ ਤੁਸੀਂ ਦੋ ਚਾਰ ਦਿਨ ਪਹਿਲਾਂ ਇਹ ਤੇ ਵੇਖ ਹੀ ਲਿਆ ਪੀ ਚੌਧਰੀ ਨਿਜ਼ਾਮਦੀਨ ਨੇ ਕਿਸ ਤਰੀਕੇ ਨਾਲ ਤੇਲ ਪਾਣੀ ਪੂਰਾ ਕੀਤਾ ਉਥੇ ਪੰਜਾਬ ਪੁਲਿਸ ਦਾ ਬਾਵਲ ਨਗਰ ਚ ਵਿਚਾਰਿਆਂ ਦਾ ਕਿੰਜ ਉਹਨਾਂ ਦੀ ਠਕਾਈ ਕੀਤੀ ਮਾਰਿਆ ਕੁੱਟਿਆ ਹੱਡੀਆਂ ਬਾਹਾਂ ਵਾਂਹ ਹਰਸ਼ੇ ਭੰਨ ਕੇ ਰੱਖ ਦਿੱਤੀ ਹੈ ਸਾਨੂੰ ਲੱਗਾ ਸੀ ਵੀ ਇਸ ਤੋਂ ਬਾਅਦ ਕੱਚੇ ਦੇ ਡਾਕੂ ਜਿਹੜੇ ਨੇ ਝਰਕ ਜਾਣਗੇ ਤੇ ਚੌਧਰੀ ਨਿਜ਼ਾਮਦੀਨ ਦੇ ਇਸ ਗੁੱਸੇ ਤੇ ਗ਼ਜ਼ਬ ਤੋਂ ਉਹ ਜਿਹੜੇ ਉੱਤੇ ਵਿਚਾਰੇ ਮਾਸੂਮ ਨੇ ਉਹਨਾਂ ਨੂੰ ਫੜਨਾ ਛੜਨਾ ਬੰਦ ਕਰ ਦੇਣਗੇ ਪਰ ਕੱਚੇ ਦੇ ਡਾਕੂਆਂ ਨੇ ਨਵੀਂ ਵੀਡੀਓ ਕੱਟ ਛੱਡੀ ਹੈ ਉਸ ਵੀਡੀਓ 'ਚ ਉਹਨਾਂ ਦੱਸਿਆ ਜੀ ਕਿ ਅਸੀਂ ਤਾਂ ਜਦੀਦ ਟੈਕਨੋਲੋਜੀ ਨਾਲ ਲੇਸ ਹੋ ਕੇ ਆਪਣਾ ਕੰਮ ਪਾ ਰਹੇ ਮਤਲਬ ਕਿ ਉਹਨਾਂ ਚੌਧਰੀ ਨਿਜ਼ਾਮਦੀਨ ਨੂੰ ਸੀਰੀਅਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਇਹ ਹੁਣ ਪਤਾ ਨਹੀਂ ਇਹਨਾਂ ਦੀ ਕੋਈ ਗੱਲਬਾਤ ਹੋਈ ਚੌਧਰੀ ਨਿਜ਼ਾਮਦੀਨ ਨਾਲ ਕਿ ਭਾਈ ਉਹਨੇ ਇੱਧਰ ਨੂੰ ਜਾਣਾ ਹੀ ਨਹੀਂ ਤੇ ਇਸ ਪਾਸੇ ਨੂੰ ਚੌਰੀ ਨਿਜ਼ਾਮਦੀਨੇ ਆਉਣਾ ਨਹੀਂ ਤੇ ਪਰੇਸ਼ਾਨੀ ਲੈਣ ਦੀ ਲੋੜ ਹੀ ਕੋਈ ਨਹੀਂ ਇਹ ਮੈਨੂੰ ਸਮਝ ਤੋਂ ਬਾਹਰ ਹੈ ਕਿਉਂਕਿ ਬਾਵਲਨਗਰ ਤਕਰੀਬਨ ਤਕਰੀਬਨ ਕੋਈ ਬਹੁਤ ਲਾਗਤ ਨਹੀਂ ਕੱਚੇ ਦੇ ਇਲਾਕੇ ਤੋਂ ਪਰ ਫਿਰ ਵੀ ਲਾਹੌਰ ਦੀ ਨਿਸ਼ਬਤ ਤੇ ਬਾਵਲਨਗਰ ਲਾਗੇ ਹੈ ਨਾ ਮਤਲਬ ਬਾਡਰ ਵਾਲਾ ਇਲਾਕਾ ਹੀ ਉਧਰ ਵਾਲੇ ਪਾਸੇ ਹੀ ਤੇ ਕੱਚੇ ਦੇ ਡਾਕੂਆਂ ਨੂੰ ਜਿਹੜੀਆਂ ਫਿਲਮਾਂ ਤਸਵੀਰਾਂ ਵੀਡੀਓ ਸਾਰਾ ਕੁਝ ਉਹਨਾਂ ਵੇਖਿਆ ਹੀ ਹੋਏਗਾ ਜੋ ਕੁਝ ਪੰਜਾਬ ਪੁਲਿਸ ਨਾਲ ਉੱਥੇ ਚੌਰੀ ਨਿਜ਼ਾਮਦੀਨ ਨੇ ਕਰ ਦਿੱਤਾ ਤੇ ਕੋਈ ਕੋ ਹਫਤਾ ਤੋਂ ਹਫਤੇ ਤੋਂ ਯਰਕਣਾ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਯਰਕਣ ਦੀ ਬਜਾਏ ਇਹ ਨਵੀਂ ਵੀਡੀਓ ਕੱਢੀ ਜੇ ਤੇ ਐ ਸੁਣੋ ਕੀ ਆਖਦੇ ਨੇ ਅਸਲਾਮੁਅਲਿਕ ਖੁਸ਼ ਹੋ ਜੋ ਖੈਰ ਆ ਰਬੀਤ ਸਿਆ ਸੰਗਤ ਸਾਥਿਓ ਐਸੀ ਤੁਹਾਨੂੰ ਪੂਰੀ ਇਸ ਤੋਂ ਨਹੀਂ ਵਿਖਾਈ ਕਿਉਂਕਿ ਸਾਰੇ ਦੋ ਸਿੰਧੀ ਜ਼ੁਬਾਨ ਨਹੀਂ ਸਮਝ ਸਕਦੇ ਤੇ ਉਹਨਾਂ ਨੂੰ ਨਹੀਂ ਪਤਾ ਹੋਣਾ ਕੀ ਗੱਲ ਆਖਦੇ ਨੇ ਅਸੀਂ ਤਰਜਮਾ ਕਰਾਇਆ ਹੈ ਤੋ ਪਤਾ ਲੱਗਾ ਵੀ ਉਹ ਆਂਦੇ ਨੇ ਕਿ ਅਸੀਂ ਨਵੀਂ ਟੈਕਨੋਲੋਜੀ ਲੈ ਲਈ ਹੈ ਅਸੀਂ ਫ ਕੰਨਾ ਗੱਲ ਕੀਤੀ ਕਿ ਬਈ ਇਹਨਾਂ ਇਹ ਟੈਕਨੋਲੋਜੀ ਇਹ ਡਰੋਨ ਨਾਲੇ ਨਾ ਕੀ ਕਰਨਾ ਉਹਨਾਂ ਕਹੇ ਜੀ ਦੋ ਕੰਮ ਕਰਨੇ ਨੇ ਇਹਨਾਂ ਡਰੋਨ ਨਾਲ ਇੱਕ ਤੇ ਡਰੋਨ ਚਾੜ ਕੇ ਵੇਖ ਲਿਆ ਕਰਨਗੇ ਕਿ ਪੁਲਿਸ ਜਾਂ ਕੋਈ ਛਾਪਾ ਛਾਪਾਤ ਨਹੀਂ ਆ ਰਿਹਾ ਜੇ ਇਸ ਵੇਲੇ ਬੰਦਿਆਂ ਨੂੰ ਚੁੱਕਣਾ ਅਗਵਾ ਕਰਨਾ ਜਾਂ ਇਵਨ ਇਹਨਾਂ ਨੇ ਜਿਹਨੂੰ ਅਗਵਾ ਕਰਨਾ ਉਹਦੇ ਬਾਰੇ ਵੀ ਡਰੋਨ ਉੱਤੇ ਤਾਂ ਚੁੱਕ ਕੇ ਤੇ ਵੀਡੀਓ ਕੈਮਰਾ ਅੱਜਕੱਲ ਤੁਹਾਨੂੰ ਪਤਾ ਨਹੀਂ ਪਤਾ ਹੈ ਕਿ ਨਹੀਂ ਡਰੋਨ ਜਿਹੜਾ ਹੈ ਨਾ ਉਹ ਉੱਤੋਂ ਵੀਡੀਓ ਦੇਖਦਾ ਤੇ ਲਾਈਵ ਥੱਲੇ ਘੱਲਦਾ ਸਮਝ ਦਿਣਾ ਇਹ ਨਹੀਂ ਕਿ ਸਿਰਫ ਰਿਕਾਰਡ ਕਰਦਾ ਹੈ ਤੇ ਉਤਾਰਨ ਤੋਂ ਬਾਅਦ ਤੁਸੀਂ ਉਹ ਵੀਡੀਓ ਵੇਖ ਸਕਦੇ ਜਿਸ ਵੇਲੇ ਡਰੋਨ ਉੱਤੇ ਚੱਲ ਰਿਹਾ ਹੁੰਦਾ ਹੈ ਨਾ ਉਸੇ ਵੇਲੇ ਤੁਹਾਡੇ ਫੋਨ ਨਾਲੋਂ ਕਨੈਕਟ ਹੋ ਜਾਂਦਾ ਹੈ ਤੇ ਜੋ ਉੱਤੇ ਵੇਖ ਰਿਹਾ ਹੁੰਦਾ ਰਿਕਾਰਡ ਵੀ ਕਰ ਰਿਹਾ ਹੁੰਦਾ ਹੈ ਤੇ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਉਸੇ ਵੇਲੇ ਦੇਖ ਵੀ ਸਕਦੇ ਹੋ ਤੇ ਉਹ ਲਾਈਵ ਹੀ ਜਿਵੇਂ ਮੈਚ ਨਹੀਂ ਵੇਖੀਦਾ ਅਸੀਂ ক্রিকেট ਦਾ ਜਾਂ ਹਾਕੀ ਦਾ ਇੰਜ ਜੋ ਲਾਈਵ ਹੀ ਵੇਖ ਸਕਦੇ ਨੇ ਉੱਤੇ ਤਾਂ ਚੁੱਕੇ ਤੇ ਡਰੋਨ ਅੱਜਕੱਲ ਬੜੇ ਬੜੇ ਉੱਤੇ ਚਲੇ ਜਾਂਦੇ ਨੇ ਮਤਲਬ ਕਿ ਜਿਵੇਂ ਪਹਾੜੀ ਦੇ ਉੱਤੇ ਤੁਹਾਨੂੰ ਨਜ਼ਰ ਆਉਂਦਾ ਇੰਜ ਡਰੋਨ ਜਿਹੜਾ ਉਤੋਂ ਉੱਚਾ ਵੇਖ ਲੈਂਦਾ ਹੈ ਉਹ ਇੱਕ ਤੇ استعمال ਕਰਨਗੇ ਪੁਲਿਸ ਛੋਲਸ ਨੂੰ ਦੇਖਣ ਦੂਜੇ ਜਿਹੜੇ ਆਪਣੇ ਨਵੇਂ ਸ਼ਿਕਾਰ ਫਸਾਉਣੇ ਨੇ ਉਹਨਾਂ ਨੂੰ ਵੇਖਣਗੇ ਤੀਜਾ ਉਹਨਾਂ ਬੜਾ ਜ਼ਬਰਦਸਤ ਕੰਮ ਪਤਾ ਲੱਗਾ ਉੱਥੇ ਮੇਰੀ ਇੱਕ ਦੋ ਸਾਹਫੀਆਂ ਨਾਲ ਗੱਲ ਹੋਈ ਲੋਕਲ ਤੇ ਉਹਨਾਂ ਆਖਿਆ ਕਿ ਇਹਨਾਂ ਨੇ ਹੁਣ ਅਮਰੀਕਾ ਦੇ ਵਿੱਚ ਤੇ ਟੈਕਨੋਲੋਜੀ ਆਈ ਸੀ ਕਿ ਡਰੋਨ ਦੇ ਨਾਲ ਡਿਲੀਵਰੀ ਇਹ ਹੁਣ ਨਵਾਂ ਕੰਮ ਹੈ ਵੀ ਜੇ ਕਿਸੇ ਨੇ ਕੋਈ ਕੋਈ ਜਿਸ ਤਰ੍ਹਾਂ ਪਾਰਸਲ ਆਰਡਰ ਕਰੀਦਾ ਕੋਈ ਦਵਾਈ ਹੈ ਫਾਰਮੇਸੀ ਤੋਂ ਮੈਡੀਕਲ ਸਟੋਰ ਜਿਹਨੂੰ ਆਪਾਂ ਪੰਜਾਬ 'ਚ ਆਖ ਦਿੰਦੇ ਨੇ ਪਾਕਿਸਤਾਨ 'ਚ ਆਖ ਦਿੰਦੇ ਨੇ ਮੈਡੀਕਲ ਸਟੋਰ ਤੋਂ ਦਵਾਈ ਲੈਣੀ ਇੱਥੇ ਅਮਰੀਕਾ ਵਗੈਰਾ ਦੇ ਵਿੱਚ ਹੁਣ ਕੰਪਨੀਆਂ ਜਿਹੜੀਆਂ ਨੇ ਉਹ ਬੰਦਾ ਘੱਲਣ ਦੀ ਬਜਾਏ ਨਾ ਤੁਹਾਡੇ ਘਰ ਉਸ਼ਾਹ ਦੇਣ ਲਈ ਉਹ ਡਰੋਨ ਜੇ ਡਰੈਸ ਪਾਉਂਦੀਆਂ ਨੇ ਅਜੇ ਟੈਸਟ ਹੋ ਰਿਹਾ ਪੂਰੀ ਤਰ੍ਹਾਂ ਹਰ ਥਾਂ ਤੇ ਇੰਪਲੀਮੈਂਟ ਨਹੀਂ ਪਰ ਕੰਮ ਸ਼ੁਰੂ ਹੋ ਗਿਆ ਹੈ ਤੇ ਉਹ ਡਰੋਨ ਆਪ ਹੀ ਉੱਡਦਾ ਹੈ ਤੇ ਜਾ ਕੇ ਘਰ ਦੇ ਦਰਵਾਜ਼ੇ ਅੱਗੇ ਸ਼ੈ ਸੋਟਾ ਆਉਂਦਾ ਤੇ ਵਾਪਸ ਆ ਜਾਂਦਾ ਬੰਦੇ ਦੀ ਲੋੜ ਹੀ ਨਹੀਂ ਉਹ ਸਾਰੇ ਕੰਮ ਦੇ ਵਿੱਚ ਤੇ ਚੰਗਾ 5-5 10-10 ਸੇਰ ਜਿਹੜਾ ਵਜ਼ਨ ਹੈ ਨਾ ਉਹ ਡਰੋਨ ਚੁੱਕ ਲੈਂਦੇ ਨੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ 5-5 10-10 ਸੇਰ ਜਿਹ ਇਹ ਉਹ ਡਾਕੂਆਂ ਨੇ ਜਿਹੜਾ ਨਵਾਂ ਪ੍ਰੋਗਰਾਮ ਬਣਾਇਆ ਉਹਨਾਂ ਨੇ ਕਿਹਾ ਜੀ ਵੀ ਜਦੋਂ ਅਸੀਂ ਰੁਪਈਏ ਲਈਦੇ ਨਾ ਸ਼ਿਕਾਰ ਤੇ ਫੜ ਲਈਦਾ ਸ਼ਿਕਾਰ ਫੜ ਕੇ ਨਾ ਇਧਰ ਨੂੰ ਪੁਲਿਸ ਆਉਂਦੀ ਹੈ ਪੁਲਿਸ ਨੂੰ ਵੀ ਦੰਦਲ ਪਈ ਹੈ ਚੌਰੀ ਨਿਜ਼ਾਮਦੀਨ ਨੂੰ ਵੀ ਦੰਦਲ ਪਈ ਹੈ ਉਹਨੇ ਵੀ ਬਾਕੀ ਸਾਰਿਆਂ ਦਾ ਹੀ ਤੇਲ ਪਾਣੀ ਪੂਰਾ ਕਰਨਾ ਹੈ ਬਾਕੀ ਸਾਰਿਆਂ ਨਾਲ ਹੀ ਪਿਆਰ ਮੁਹੱਬਤ ਕਰਨਾ ਉਸ ਪਾਸੇ ਨੂੰ ਉਹ ਵੀ ਮੂੰਹ ਨਹੀਂ ਕਰਦਾ ਤੇ ਇਹ ਇਸ ਸੂਰਤੇ ਹਾਲਚੁਨਾ ਗਿਆ ਵੀ ਅਸੀਂ ਫੜੇ ਜਾਂਦੇ ਜਦੋਂ ਅਸੀਂ ਪੈਸੇ ਵਸੂਲ ਕਰਦੇ ਨਾ ਅਗਵਾ ਤਵਾਨ ਜਿਹੜਾ ਲੈਂਦੇ ਨੇ ਉਹਦੇ ਜਦੋਂ ਪੈਸੇ ਵਸੂਲ ਕਰਦੇ ਨੇ ਤੇ ਉੱਥੇ ਉਹ ਮੁਖਬਰੀ ਹੋ ਕੇ ਤੇ ਉੱਥੇ ਫੜੇ ਜਾਂਦੇ ਨੇ ਉਹਨਾਂ ਨੇ ਕਿਹਾ ਵੀ ਹੁਣ ਬੰਦੇ ਨੂੰ ਅਸੀਂ ਆਖਿਆ ਕਰਨਾ ਵੀ ਇਹ ਡਰੋਨ ਆਉਣ ਡਿਆ ਤੇ ਇਹਦੇ ਨਾਲ ਪੈਸੇ ਬੰਦੇ ਤੇ ਉਸ ਤੋਂ ਬਾਅਦ ਜਾ ਤੇ ਉਹ ਡਰੋਨ ਦੇ ਨਾਲ ਹੀ ਪੈਸੇ ਲੈ ਕੇ ਅਸੀਂ ਨਿਕਲ ਜਾਾਂਗੇ ਪਰਲੇ ਪਾਸੇ ਕਿਸੇ ਮਤਲਬ ਹੁਣ ਤੁਸੀਂ ਸਮਝੋ ਕਿ ਪਾਣੀ ਦੇ ਪਰਲੇ ਪਾਸੇ ਜਿਹੜੇ ਉਹ ਖਲੋਤੇ ਨੇ ਤੇ ਉਹਨਾਂ ਪਾਣੀ ਦੇ ਉਸ ਪਾਸੇ ਆਖਿਆ ਵੀ ਇਸ ਥਾਂ ਦੇ ਪੈਸੇ ਲੈ ਕੇ ਆਜੋ ਤੇ ਹੁਣ ਪਾਣੀ ਦੇ ਵਿੱਚੋਂ ਦੀ ਕਿੱਡੀ ਕੀ ਛੇਤੀ ਕੋਈ ਜੇ ਉਹ ਕੱਚੇ ਦੇ ਇਲਾਕੇ ਦੇ ਵਿੱਚ ਦੂਸਰੇ ਪਾਸੇ ਜਾਊ ਉਹਨਾਂ ਚੇਤ ਨੂੰ ਉਹ ਭੱਜ ਭੁੱਜ ਜਾਣਗੇ ਮੋਟਰਸਾਈਕਲਾਂ ਤੇ ਬੈ ਕੇ ਕਿੱਥੋਂ ਕਾਬੂ ਤੇ ਇਹ ਜਨਾਬ ਉਹ ਲੈਸ ਹੋ ਗਏ ਨੇ ਉਹਨਾਂ ਨੇ ਨਵੀਂ ਟੈਕਨੋਲੋਜੀ ਜਿਹੜੀ ਲੈ ਲਈ ਏ ਜਿਹੜੀ ਅਮਰੀਕਾ 'ਚ ਤੇ ਦੂਸਰੇ ਥਾਵਾਂ 'ਤੇ ਇਸਤੇਮਾਲ ਹੁੰਦੀ ਏ ਤੇ ਇਸ ਪਾਸੇ ਅਸੀਂ ਕੀ ਕਰਨ ਡਏ ਆ ਉਹ ਵੀ ਤੁਹਾਨੂੰ ਵੀਡੀਓ ਵਿਖਾਉਨੇ ਆ ਜਰਾ ਵੇਖੋ ਵੀ ਅਸੀਂ ਕਿਹੜੀ ਟੈਕਨੋਲੋਜੀ ਇਸਤੇਮਾਲ ਕਰਨ ਡਏ ਆ ਜਰਾ ਵੇਖੋ ਸਰ ਜੀ ਸੀ ਹਵਾਲਾ ਚ ਬੰਦੇ ਸੀਗੇ ਸਰ ਜੀ ਜੇ ਆਕਦਮ ਸਰ ਜੀ तकरीबन 30 35 ਫੌਜੀ ਸੀਗੇ ਇੱਕ ਕਰਨਲ ਸੀਗਾ ਕੁਬਰਗੇਡੀਅਰ ਸੀਗਾ ਸਰ ਜੀ ਦੋ ਤਿੰਨ ਸਿਵਲ ਚ ਬੰਦੇ ਸੀ ਨਾਲ ਉਹ ਦਈ ਸੀ ਕਿ ਅਨਵਰ ਅਨਵਰ ਨਾਮ ਦਾ ਬੰਦਾ ਸੀਗਾ ਜੱਟ ਸਰ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਸਾਨੂੰ ਯਰਕਮਾਲ ਬਣਾਇਆ ਸੀਗਾ ਇਹ ਹਵਾਲਾ ਦਾ ਤਾਲਾ ਤੋੜ ਕੇ ਸਰ ਉਭਾਰਿਆ ਸਰ ਜੀ ਫਿਰ ਮਾਰਦੇ ਰਹੇ ਸਰ ਜੀ ਤਹਿਦ ਕਰਦੇ ਰਹੇ ਨਖਰ ਖਿੱਚਦੇ ਰਹੇ ਸਰ ਜੀ ਇੱਕ ਫਿਰ ਨਾਲ ਇੱਕ ਕਮਰਾ ਇੱਥੇ ਨਾਲ ਕਮਰੇ ਚ ਲੈ ਕੇ ਉਹ ਬੰਦ ਕਰਕੇ ਫਿਰ ਇਹਨਾਂ ਦੀ ਸ਼ਮਾਰ ਉਤਾਰੀਏ ਸਰ ਤਾਰਗੇ ਬਹੁਤ ਕੁੱਟਿਆ ਸਰ ਜੀ ਹਾਂ ਜੀ ਫਿਰ ਰਿਜੈਕਸ਼ਨ ਲਾਇਆ ਇਹਦੇ ਸਰ ਜੀ ਵੱਲੋਂ ਲੰਕੀ ਦਾ ਲਾਇਆ ਸਤ ਬਹੁਤ ਜ਼ਿਆਤੀ ਕੀਤੀ ਸਰ ਜੀ ਦੇ ਮੇਰਾ ਅਸੀਂ ਬਸੁਰ ਬਖਰੇ ਸਰ ਜੀ ਇਧਰ ਵੀ ਥੋੜਾ ਦੇਖ ਆ ਕੇ ਨਾ ਦੇਖ ਲਈ ਜੇ ਨਾ ਵੀ ਸਾਡਾ ਚੌਰੀ ਨizamdin ਜਿਹੜਾ ਉਹ ਬੰਦਿਆਂ ਨੂੰ ਨੰਗਾ ਕਰਦਾ ਹੈ ਫਿਰ ਉਹਨਾਂ ਨੂੰ ਫਾਂਡਾ ਫੇਰਦਾ ਹੈ ਫਿਰ ਕੁਟਾਪਾ ਚੜਾਉਂਦਾ ਹੈ ਤੇ ਕੁਟਾਪਾ ਚੜਾਉਣ ਤੋਂ ਬਾਅਦ ਸਿਰਫ ਇੱਥੋਂ ਹੀ ਕੰਮ ਨਹੀਂ ਕਰਦਾ ਉਹਨਾਂ ਦੇ ਕੱਪੜੇ ਵੀ ਲਾਉਂਦਾ ਉਹ ਵਿਚਾਰਾ ਦੱਸਣ ਦਿਆ ਕਿ ਜੀ ਕੱਪੜੇ ਵੀ ਲਾਏ ਨੇ ਤੇ ਫਿਰ ਟੀਕਾ ਵੀ ਠੋਕਦਾ ਪਤਾ ਨਹੀਂ ਇਹ ਟੀਕੇ ਕਿਹੜੀ ਸ਼ਾਇਦ ਲਾਉਣ ਲੱਗ ਪਏ ਨੇ ਕਿਹੜੇ ਵਿਟਾਮਿਨ ਪੂਰੀ ਕਾਮ ਨੂੰ ਚਾਹੀਦੇ ਨੇ ਜਿਹੜੇ ਘੱਟ ਹੋਏ ਨੇ ਵਿਟਾਮਿਨ ਡੀ ਜਿਹੜਾ ਚੌਰੀ ਨਿਜ਼ਾਮਦੀਨ ਸਾਨੂੰ ਹੀ ਲਾਈ ਆਉਂਦਾ ਇਹ ਉਹ ਸਾਹ ਨੇ ਸਰਕਾਰੀ ਐਸ ਵੇਲੇ ਜਿਹੜਾ ਸਾਰਿਆਂ ਨੂੰ ਠੋਕੀ ਆਉਂਦਾ ਜਿਹੜਾ ਅੱਗੇ ਆਉਂਦਾ ਉਹਨੂੰ ਠੋਕੀ ਆਉਂਦਾ ਇਹ ਹੁਣ ਪਤਾ ਨਹੀਂ ਚੌਰੀ ਨਿਜ਼ਾਮਦੀਨ ਕਿੱਥੇ ਰੁਕੇਗਾ ਕਦੋਂ ਸੋਚੇਗਾ ਵੀ ਇਹ ਸਾਡੇ ਭੈਣ ਭਰਾ ਹੀ ਨੇ ਇਹ ਬੜੀ ਪਸੰਦ ਹੈ ਉਹਦੀ ਵਜ੍ਹਾ ਇਹ ਹੈ ਗੁਲਾਮ ਫਰੀਦ ਸਾਹਿਬ ਦੀ ਉਹ ਜ਼ੁਬਾਨ ਹੈ ਤੇ ਉਹਨਾਂ ਨੇ ਜਿਹੜਾ ਜੋ ਕੁਝ ਲਿਖ ਛੜਿਆ ਮੈਂ ਤੇ ਉਹ ਬੜੇ ਸ਼ੌਕ ਨਾਲ ਸੁਣਦਾ ਵੀ ਹਾਂ ਤੇ ਪੜ੍ਹਨ ਦੀ ਵੀ ਕੋਸ਼ਿਸ਼ ਕਰਦਾ ਪੜ੍ਹ ਉਹਦੀ ਮੈਂ ਬਰੀਕੀ ਨਾਲ ਨਹੀਂ ਸਕਦਾ ਲੇਕਿਨ ਉਹਦੀ ਜਿਹੜੀ ਨਸਰ ਹੈ ਉਹ ਵੀ ਸੁਣਦਾ ਹਾਂ ਤੇ ਜਿਹੜੇ ਕੋਈ ਸਰਾਇਕੀ ਬੈਲਟ ਦੇ ਵਿੱਚ ਮੇਰੇ ਜਾਣਨ ਵਾਲੇ ਨੇ ਉਹ ਮੇਰੇ ਮੁਰਸ਼ਿਦ ਹੁੰਦੇ ਸਨ ਮਤਲਬ ਕਿ ਮੇਰੇ ਉਸਤਾਦ ਹੁੰਦੇ ਸਨ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਸੀ ਯੂਨੀਵਰਸਿਟੀ ਦੇ ਨਾਲ ਤੇ ਪੜ੍ਹਾਉਣਾ ਸਿਖਾਇਆ ਸੀ ਡਾਕਟਰ ਇਕਬਾਲ ਸੈਫ ਸਾਹਿਬ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ ਫੌਤ ਹੋ ਗਏ ਨੇ ਉਹ ਡੀਨ ਸ ਗੋਮਲ ਯੂਨੀਵਰਸਿਟੀ ਦੇ ਵਿੱਚ ਉਸ ਤੋਂ ਬਾਅਦ ਉਹ ਪ੍ਰੋਫੈਸਰ ਵੀ ਰਹੇ ਨੇ ਮੇਰੇ ਅਸੀਂ ਇਕੱਠੇ ਕੰਮ ਵੀ ਕੀਤਾ ਤੇ ਇਸ ਵਜ੍ਹਾ ਤੋਂ ਮੇਰੇ ਉਸਤਾਦ ਸਨ ਕਿ ਉਹਨਾਂ ਕੋਲੋਂ ਮੈਂ ਪੜਾਉਣਾ ਸਿੱਖਿਆ ਸੀ ਹੋਰ ਵੀ ਜ਼ਿੰਦਗੀ ਦੀਆਂ ਬੜੀਆਂ ਚੀਜ਼ਾਂ ਸਿੱਖੀਆਂ ਸਨ ਤੇ ਉਹ ਮੈਨੂੰ ਗੁਲਾਮ ਫਰੀਦ ਸਾਹਿਬ ਦੀ ਜਿਹੜੀ ਸ਼ਾਇਰੀ ਸੀ ਉਹਨੂੰ ਉਹ ਸਲੀਸ ਸ਼ਾਇਰੀ ਹੁੰਦੀ ਸੀ ਉਹਨਾਂ ਦੀ ਉਸਤਰਾਇਕੀ ਜ਼ੁਬਾਨੀ ਤੇ ਮੈਨੂੰ ਆਸਾਨ ਲਫ਼ਜ਼ਾਂ ਵਿੱਚ ਕਰਕੇ ਉਹ ਸਮਝਾਉਂਦੇ ਹੁੰਦੇ ਸਨ ਤੇ ਇਹ ਇੱਕ ਤੁਸੀਂ ਹੋਰ ਜ਼ੇਨ ਚ ਰੱਖਣਾ ਕਿ ਜਿਹੜੇ ਬਾਬਾ ਫਰੀਦ ਗਨਚਕਰ ਨੇ ਉਹ ਹੋਰ ਨੇ ਤੇ ਬਾਬਾ ਗੁਲਾਮ ਫਰੀਦ ਜਿਹੜੇ ਨੇ ਜਿਹੜੇ ਗੁਲਾਮ ਫਰੀਦ ਸ਼ਾਇਰ ਨੇ ਉਹ ਹੋਰ ਨੇ ਤੇ ਉਹ ਜਿਹੜੇ ਸੂਫੀ ਸ਼ਾਇਰ ਨੇ ਉਹ ਗੁਲਾਮ ਫਰੀਦ ਹੋਰ ਨੇ ਤੇ ਬਾਬਾ ਗੁਲਾਮ ਫਰੀਦ ਸ਼ਕਰਗੰਦ ਜਿਹੜੇ ਨੇ ਉਹ ਹੋਰ ਨੇ ਇਸ ਲਈ ਇਹ ਤੁਸੀਂ ਇਹ ਨਹੀਂ ਸਮਝਣਾ ਕਿ ਉਹ ਇੱਕੋ ਹੀ ਸ਼ਖਸੀਅਤ ਹੈ ਬਹਰਲ ਉਹਨਾਂ ਸਰਾਈਕੀ ਜ਼ੁबान ਮੈਂ ਤੁਹਾਨੂੰ ਦੱਸਿਆ ਵੀ ਬੜੀ ਖੂਬਸੂਰਤ ਹੈ ਇਹ ਇੱਕ 1 ਮਿੰਟ ਡੇਢ ਮਿੰਟ ਦੀ ਸਾਡੀ ਸਾਡੇ ਚੌਧਰੀ ਨizamuddin ਸਾਡੀ ਫੌਜ ਆਸਤੇ ਆ ਇੱਕ ਸਾਡੇ ਸਰਾਇਕੀ ਬਰਾ ਨੇ ਬੜਾ ਸੋਹਣਾ ਕਲਾਮ ਲਿਖਿਆ ਇਹ ਸੁਣੋ ਤੇ ਬਾਅਦ ਦੇ ਵਿੱਚ ਮੈਂ ਤੁਹਾਨੂੰ ਉਹਦਾ ਦੱਸਦਾ ਕਿ ਉਹ ਕਹਿਣ ਕੀ ਚਾਹੁੰਦਾ ਤੇ ਫਿਰ ਮੈਂ ਦੂਜੇ ਟੌਪਿਕ ਤੇ ਜਾਣਾ ਉਹ ਇਸ ਤੋਂ ਵੀ ਇੰਟਰਸਟਿੰਗ ਟੌਪਿਕ ਹੈ ਬੜਾ ਖਾਸ ਟੌਪਿਕ ਹੈ ਅਜੇ ਸੁਣੋ ਕਿ ਆਖਣ ਕੀ ਡਿਆ ਆਪਣੀ ਜ਼ੁਬਾਨ ਦੇ ਵਿੱਚ ਆਪਣੀ ਮਿੱਠੜੀ ਸਰਾਇਕੀ ਜ਼ੁਬਾਨ ਦੇ ਵਿੱਚ ਫੌਜੀ ਨੂੰ ਆਖਣ ਕੀ ਡਿਆ ਅਸਾਂ ਤੇਰੇ ਵੀਰ ਵਾਹ ਵਾਹ ਤੇਰੇ ਯਾਰ ਫੌਜੀਆ ਵਾਹ ਵਾਹ ਆਹ ਆਹ ਅੱਲਾਹ

ਆਪਣਾ ਖੁਆਪ ਤਨਾ ਮਾਰ ਫੋਜੀਆ ਵੇ ਥੋੜੇ ਰੋਲੇ ਗਾਟੇ ਪਾਈ ਬਦੇ ਹੈ ਵੇ ਥੋੜੇ ਰੋਲੇ ਗਾਟੇ ਪਾਈ ਬਦੇ ਹੈ ਅੱਗੇ ਢੇਰ ਆਪਣੀ ਰਸਾਈ ਬਦੇ ਹੈ ਘਰੇ ਬਈਆਂ ਕੰਧਾ ਨਾਉ ਸਰ ਫੋਜੀਆ ਆਪਣਾ ਖੁਆਪ ਤਨਾ ਮਾਰ ਫੋਜੀਆ ਹੋਰ ਕੀ ਚਾਹੁੰਦਾ ਹੈ ਅਸਾਂ ਵੀ ਬੰਦੂਖਾਂ ਚਾਉਂ ਜਾ हिकु ता ई भाई लाहंचा क्या चवंदा बंदूख चऊं हिकु त वेड़ा ई भाई लाहूं कोई कमला ऐं यार फ़ौजी यार देस मोतिया ते दे हार हूंदे यार देस मोतिया ते दे हार हूंदे ਦੇਸ਼ਵਾਸੀ ਮੋਤੀਆਂ ਦੀ ਘਾਰ ਹੁੰਦੇ ਹਨ ਮੋਤੀ ਕਿਰੇ ਕਿੱਥੇ ਰਾਸੀ ਹਾਰ ਫੌਜੀਆ ਆਪਣਾ ਖੁਆਪ ਤਾਂ ਨਮਾਰ ਫੌਜੀਆ ਅਸਾਂ ਤਾਂ ਹਰੀਫਾਂ ਦੇ ਵੀ ਯਾਰ ਫੌਜੀਆ ਅੱਲਾ ਜਾਣੇ ਕੌਣ ਹੈ ਗਦਾਰ ਫੌਜੀਆ ਆਪਣਾ ਖੁਆਪ ਤਾਂ ਨਮਾਰ ਫੌਜੀਆ ਸੁਣਿਆ ਜੇ ਉਹ ਆਂਦਾ ਵੀ ਫੌਜੀਆ ਫੌਜੀਆ ਤੂੰ ਤੇ ਕਮਲਾ ਹੀ ਹੋ ਗਿਆ ਆਪਣੀ ਭਰਾਵਾਂ ਨੂੰ ਮਾਰੀ ਆਉਣਾ ਆਪਣੀ ਵਿਹੜੇ ਦੇ ਵਿੱਚ ਬੰਦੂਕਾਂ ਚੁੱਕੀ ਫਿਰਦਾ ਤੇ ਆਪਣੇਆਂ ਨੂੰ ਹੀ ਠੋਕੀਆਂ ਉਹਨਾ ਕਰਨਾ ਕੀ ਉਹ ਕੱਢਣਾ ਕੀ ਹੈ ਉਹਨੇ ਆਖਿਆ ਪੀ ਇਹ ਮੁਲਕ ਜਿਹੜਾ ਨਾ ਇਹ ਮੋਤੀਆਂ ਦੀ ਮਾਲਾ ਹੁੰਦੀ ਹੈ ਤੇ ਜਿਹੜੇ ਸ਼ਹਿਰੀ ਹੁੰਦੇ ਨੇ ਨਾ ਮੁਲਕ ਦੇ ਉਹ ਉਸ ਮਾਲਾ ਦੇ ਵਿੱਚ ਇੱਕ ਇੱਕ ਮੋਤੀ ਹੁੰਦਾ ਤੇ ਜੇ ਤੂੰ ਇੱਕ ਮੋਤੀ ਵਿੱਚੋਂ ਤੋੜ ਦਿੱਤਾ ਤੇ ਸਾਰੀ ਮਾਲਾ ਵਿਖਰ ਜਾਣੀ ਹੈ ਤੇ ਨਾ ਕਰ ਬੰਦੇ ਦਾ ਪੁੱਤਰ ਬਾਣ ਤੂੰ ਸਾਡਾ ਭਰਾ ਹੈਂ ਤੂੰ ਵੱਡਾ ਭਰਾ ਹੈਂ ਸਾਨੂੰ ਬੜਾ ਮਿੱਠੜਾ ਹੈ ਸਾਨੂੰ ਬੜਾ ਅਜ਼ੀਜ਼ ਹੈ ਪਰ ਇਹ ਕੰਮ ਨਾ ਕਰ ਤੂੰ ਸਾਨੂੰ ਹੀ ਠੋਕੀਆ ਹੋਣਾ ਨਾ ਸਾਨੂੰ ਮਾਰੇ ਕੀ ਕਮਲਾ ਹੋ ਗਿਆ ਯਾਰ ਤੂੰ ਇਹ ਸਾਰਾ ਮਫਹੂਮ ਸੀ ਇਸ ਪੂਰੀ ਗੱਲ ਦਾ ਫੌਜੀ ਕੋਲੋਂ ਫੌਜੀ ਭਰਾ ਦੇ ਕੋਲੋਂ ਉਹਨਾਂ ਨੇ ਰਿਕਵੈਸਟ ਕੀਤੀ ਸੀ ਵੀ ਨਾ ਯਾਰ ਇੰਜ ਨਾ ਕਰ ਇੰਜ ਸਾਨੂੰ ਮਾਰ ਮਾਰ ਮਾਰਨਾ ਅੱਛਾ ਜੀ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਨਾ ਉਹ ਜੋ ਜੋ ਬਹਾਲਨਗਰ ਦੇ ਵਿੱਚ ਹੋਇਆ ਉਹਦੇ ਨਾਲ ਰਿਲੇਟਿਡ ਹੀ ਹੈ ਉਥੇ ਪਤਾ ਇਹ ਲੱਗਾ ਕਿ ਅਗਰ ਇਹ ਇਲੈਕਸ਼ਨ ਫ੍ਰੀ ਐਂਡ ਫੇਅਰ ਹੋਏ ਹੁੰਦੇ ਨਾ ਇਹ ਫਾਰਮ 45 ਤੇ 47 ਨਾਲ ਨਾ ਹੋਏ ਹੁੰਦੇ ਤੇ ਇਸ ਵੇਲੇ ইমরান ਖਾਨ ਦੀ ਹਕੂਮਤ ਸੀ ਤੇ ਤੁਹਾਨੂੰ ਪਤਾ ਹੈ ইমরান ਖਾਨ ਨੇ ਤੇ ਤੇ ਬੋਲਣਾ ਸੀ ਉਹਨੇ ਤੇ ਕੋਣ ਤੋਂ ਚੁੱਪ ਨਹੀਂ ਸੀ ਰਹਿਣਾ ਉਹ ਤੇ ਇਜ਼ਰਾਇਲ ਕੋ ਨਹੀਂ ਡਰਦਾ ਜਿਸ ਕੋ ਪੂਰੀ ਦੁਨੀਆ ਡਰਦੀ ਤੇ ਹੋ ਸਕਦਾ ਉਸੇ ਵਜ੍ਹਾ ਤੋਂ ਇਸ ਵੇਲੇ ਜੇਲੇ ਪਿਆ ਹੋਵੇ ਤੇ ਫੇਰ ਵੀ ਉਹਨੇ ਮੋੜਨਾ ਕੋਈ ਨਹੀਂ ਹੁਣ ਛੱਡ ਕੇ ਉਹਨੂੰ 20 ਸਾਲਾਂ ਬਾਅਦ ਵੀ ਜੇਲ੍ਹ ਤੋਂ ਕੱਢੋਗੇ ਨਾ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਉਸ ਸ਼ੇਰ ਦੇ ਬੱਚੇ ਨੇ ਉਥੋਂ ਹੀ ਕੰਮ ਸਟਾਰਟ ਕਰਨਾ ਜਿੱਥੋਂ ਅੰਦਰ ਗਿਆ ਸੀ ਹੁਣ ਅੰਦਰ ਵੀ ਨਹੀਂ ਵੇਖੋ ਵੀ ਚੌਧਰੀ ਨਿਜ਼ਾਮਦੀਨ ਦਾ ਉਹ ਸਿੱਧਾ ਨਹੀਂ ਆਂਦਾ ਵੀ ਆਰਮੀ ਚੀਫ ਨੇ ਸਾਰਾ ਕੁਝ ਕੀਤਾ ਹੈ ਤੇ ਉਹਦਾ ਉਹਦਾ ਕੀਤਾਕਾਰ ਆ ਮੇਰੇ ਨਾਲ ਜੇ ਮੇਰੇ ਨਾਲ ਜੋ ਵੀ ਹੋਇਆ ਉਹਨੇ ਕੀਤਾ ਤੇ ਉਹ ਇਤਨੀ ਮੁੜਦਾ ਨਾ ਉਹਨੇ ਮੁੜਨਾ ਹੈ ਜੇ ਇਹ ਬਾਬਲਨਗਰ ਦਾ ਕੰਮ ਫਾਰਮ 45 ਦੇ ਉੱਤੇ ਹੀ ਹਕੂਮਤ ਬਣੀ ਹੁੰਦੀ 47 ਤੇ ਨਾ ਬਣੀ ਹੁੰਦੀ ਇਹ 8 ਫਰਵਰੀ ਦੇ ਰਿਜ਼ਲਟ ਤੇ ਹੀ ਕੰਮ ਹੁੰਦਾ 9 ਫਰਵਰੀ ਤੇ ਨਾ ਹੁੰਦਾ ਤੇ ਇਸ ਵੇਲੇ ਬਾਜੀ ਨੂੰ ਤੇ ਦੰਦਲ ਪਈ ਹੈ ਬਾਜੀ ਨੂੰ ਤੇ ਪਤਾ ਲੱਗਾ ਵੀ ਬਾਜੀ ਦੀ ਜ਼ੁਬਾਨ ਜਿਹੜੀ ਦੰਨਾ ਥੱਲੇ ਆ ਗਈ ਹੈ ਤੇ ਬਾਜੀ ਕੋਈ ਬਿਆਨ ਨਹੀਂ ਦੇਣਾ Imran Khan ਹੁੰਦਾ ਤੇ ਜ਼ਰੂਰ ਬਿਆਨ ਦਿੰਦਾ ਤੇ ਕਿਸੇ ਨੇ ਜ਼ਰਾ ਮਜ਼ਾਕ ਬਣਾਇਆ ਸ਼ੁਗਲ ਬਣਾਇਆ ਉਹ ਜ਼ਰਾ ਸੁਣੋ ਮਜ਼ਾਕ ਕਰਨਾ ਤੇ ਨਹੀਂ ਚਾਹੀਦਾ ਪਰ ਅਸੀਂ ਪੰਜਾਬੀ ਹੈ ਹੀ ਇਹੋ ਜੇ ਅਸੀਂ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਮਜ਼ਾਕ ਕੱਢੀਦਾ ਸਾਡੀ ਜਿਹੜੀ ਮਾੜਾ ਕੰਮ ਹੋਵੇ ਔਖਾ ਵੇਲਾ ਵੀ ਟੱਪਦਾ ਹੀ ਸਾਡਾ ਐਨਜੀਪੀ ਹੱਸ ਖੇਡ ਲਈਦਾ ਤੇ ਕੋਈ ਐਡਾ ਭੈੜਾ ਕੰਮ ਵੀ ਨਹੀਂ ਹੈ ਜੇ ਮੁਸੀਬਤ ਆਈ ਹੈ ਕੋਈ ਟੈਸਟਿੰਗ ਟਾਈਮ ਆਇਆ ਤੇ ਰੋ ਕੇ ਵੀ ਕੱਟਣੀ ਹੈ ਤੇ ਹੱਸ ਕੇ ਵੀ ਕੱਟਣੀ ਹੈ ਤੇ ਫਿਰ ਪੰਜਾਬੀਆਂ ਦਾ ਐਟੀਟਿਊਡ ਬਿਹਤਰ ਹੈ ਵੀ ਹੱਸ ਕੇ ਕੱਟ ਲੈਂਦੇ ਨੇ ਰੋ ਕੇ ਵੀ ਤੇ ਕੱਟਣੀ ਹੈ ਨਾ ਇਹ ਸੁਣੋ 45 ਤੇ 47 ਜੋ ਬਾਵਲਨਗਰ ਚ ਹੋਇਆ ਉਹਨੂੰ ਸਾਡਾ ਇੱਕ ਪੰਜਾਬੀ ਭਰਾ ਕਿਸ ਤਰੀਕੇ ਨਾਲ ਐਕਸਪਲੇਨ ਕਰਦਾ ਸੁਣੋ ਜਰਾ ਫਾਰਮ 45 ਦੇ ਹਸਾਬ ਨਾਲ ਪਹਿਲੇ ਘਰ ਕੁੱਟਿਆ ਫਿਰ ਥਾਣੇ ਜਾ ਕੇ ਕੁੱਟਿਆ ਫਿਰ ਜਦੋਂ ਇਲਾਜ ਕਰਾਣ ਹਸਪਤਾਲ ਗਏ ਨੇ ਉੱਥੇ ਜਾ ਕੇ ਕੁੱਟਿਆ ਉਸ ਹਸਪਤਾਲ ਦੇ ਐਮਐਸ ਨੂੰ ਵੀ ਕੁੱਟਿਆ ਤੇ ਫਾਰਮ 47 ਦੇ ਹਸਾਬ ਨਾਲ ਗਲਤ ਫੈਮਿਲੀ ਸੁਣ ਲਿਆ ਜੇ ਵੀ ਉਹਨਾਂ ਆਖਿਆ ਵੀ 45 ਦੇ ਤਹਿਤ ਕਿੱਥੇ ਕਿੱਥੇ ਕਟਾਪਾ ਜਿਹੜੇ ਆ ਤੇ 47 ਦੇ ਤਹਿਤ ਫਿਰ ਸਾਰਾ ਕੁਝ ਖਤਮ ਹੋ ਗਿਆ ਜਿਸ ਤਰ੍ਹਾਂ ਇਲੈਕਸ਼ਨ ਦਾ ਰਿਜ਼ਲਟ ਬਦਲਿਆ ਇਸ ਮਾਮਲੇ ਨੂੰ ਵੀ ਮਾਮੂਲੀ ਕਹਿ ਦਿੱਤਾ ਤੇ ਜੋ ਆਈਜੀ ਸਾਹਿਬ ਨੇ ਕਰਨਾ ਸੀ ਉਹ ਤੁਹਾਡੇ ਸਾਹਮਣੇ ਉਹ ਕਰ ਕਰ ਗਏ ਨੇ ਅੱਛਾ ਜੀ ਛੇਤੀ ਛੇਤੀ ਉਹਨਾਂ ਤੁਹਾਡੇ ਜਿਹੜੇ ਨਾ ਚਿੱਠੀਆਂ ਪੱਤਰ ਆਏ ਨੇ ਉਹਨਾਂ ਤੇ ਵੀ ਗੱਲ ਕਰ ਲਈਏ ਕਿਉਂਕਿ ਉਹ ਸਾਡੇ ਬੜੇ ਜ਼ਰੂਰੀ ਨੇ ਮੇਰਾ ਸਭ ਤੋਂ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਮੇਰਾ ਜਿਹੜਾ ਤੁਹਾਨੂੰ ਵੀ ਲਾਗ ਕਰਦਾ ਜ਼ਾਹਿਰ ਹੈ ਤੇ ਮਿਹਨਤ ਹੁੰਦੀ ਹੈ ਵਕਤ ਲੱਗਦਾ ਪੂਰੀ ਟੀਮ ਹੈ ਮੈਂ ਕੱਲਾ ਨਹੀਂ ਕਰਦਾ ਪੂਰੀ ਟੀਮ ਦਾ ਕੰਮ ਹੈ ਤੇ ਉਹ ਸਾਰੇ ਮੁੰਡੇ ਵੀ ਇੱਥੇ ਮਿਹਨਤ ਕਰਦੇ ਨੇ ਲੇਕਿਨ ਜਿਹੜਾ ਮੈਨੂੰ ਸਭ ਤੋਂ ਪਸੰਦ ਕੰਮ ਹੈ ਨਾ ਉਹ ਹੈ ਅੱਛਾ ਜਿਹੜੇ ਚੜਦੇ ਪੰਜਾਬ ਵਾਲੇ ਨੇ ਨਾ ਇਹਨੂੰ ਪਸੰਦ ਕਹਿੰਦੇ ਨੇ ਸਮਝਦੇ ਹੋ ਨਾ ਅਸੀਂ ਪਸੰਦ ਆਂਦੇ ਆ ਤੇ ਚੜਦੇ ਪੰਜਾਬ ਵਾਲੇ ਇਸ ਲਫ਼ਜ਼ ਨੂੰ ਪਸੰਦ ਕਹਿੰਦੇ ਨੇ ਤੇ ਇਹ ਜਿਹੜਾ ਮੈਨੂੰ ਬੜਾ ਪਸੰਦ ਹੈ ਨਾ ਇਹ ਕੰਮ ਇਹ ਤੁਹਾਡੀਆਂ ਦੀਆਂ ਚਿੱਠੀਆਂ ਆਉਂਦੀਆਂ ਪੜ੍ਹ ਕੇ ਮੈਨੂੰ ਸਵਾਦ ਆਉਂਦਾ ਹੈ ਅੱਛਾ ਜੀ ਪਹਿਲੀ ਚਿੱਠੀ ਜਿਹੜੀ ਆ ਨਾ ਉਹ ਫੈਸਲ ਰੁਮੇਲ ਸਾਹਿਬ ਨੇ ਕਰ ਲਈਏ ਤੇ ਇੱਕ ਉਹਦੇ ਉੱਤੇ ਗੱਲਬਾਤ ਇਹੋ ਜੀ ਸੀ ਮੈਂ ਇੰਜ ਤੁਹਾਨੂੰ ਖਬਰ ਨਹੀਂ ਸੀ ਦੇ ਸਕਦਾ ਤੇ ਮੈਂ ਫਿਰ ਅਮਰੀਕਾ ਦੇ ਵਿੱਚ ਇੱਕ ਮੰਨੀ ਪਰਮੰਨੀ ਡਾਕਟਰ ਸਾਹਿਬਾ ਰਹੇ ਜਿਹੜੀਆਂ ਇਹੀ ਕੰਮ ਕਰਦੀਆਂ ਨੇ ਉਹਨਾਂ ਨਾਲ ਰਾਬਤਾ ਕੀਤਾ ਤੇ ਉਹਨਾਂ ਨੂੰ ਪੁੱਛਿਆ ਵੀ ਗੱਲ ਠੀਕ ਹੈ ਉਹਨਾਂ ਕਹਿੰਦੇ ਜੀ ਬਿਲਕੁਲ ਠੀਕ ਹੈ ਕੀਮਤ ਥੋੜੀ ਜਿਹੀ ਘੱਟ ਲਿਖੀ ਹੈ ਅਮਰੀਕਾ 'ਚ ਕੀਮਤ ਇਸ ਤੋਂ ਵੀ ਬਹੁਤੀ ਹੈ ਇਹ ਰੁਮੇਲ ਸਾਹਿਬ ਨੇ ਇੱਕ ਫੈਸਲ ਰੁਮੇਲ ਸਾਹਿਬ ਨੇ ਆਖਿਆ ਵੀ ਇਹ ਜਿਹੜੀ ਬਾਜੀ ਨੇ ਕਿਹਾ ਵੀ ਮੈਂ 800 ਦਾ ਜੋੜਾ ਲੈ ਲੈਣੀ ਹੈ ਤੇ 800 ਦਾ ਜੋੜਾ ਤੇ ਲੈ ਲ ਮੇਰੀ ਉਹ ਭੈਣ ਹੈ ਇਸ ਲਈ ਮੈਂ ਗੱਲ ਕਰ ਸਕਦਾ ਤੁਸੀਂ ਸਾਰੇ ਨਹੀਂ ਕਰ ਸਕਦੇ ਮੇਰੀ ਬਾਜੀ ਹੈ ਮੈਂ ਹਰ ਕਿਸਮ ਦੀ ਗੱਲ ਕਰ ਸਕਣਾ ਦੂਜੀ ਗੱਲ ਹੈ ਕਿ ਕਿਉਂਕਿ ਅਜ਼ਮਾ ਬੁਖਾਰੀ ਸਾਹਿਬ ਨੇ ਹੁਣ ਜ਼ਿਕਰ ਛੇੜ ਦਿੱਤਾ ਵੀ ਬਾਜੀ ਮੂੰਹ ਤੇ ਸਿਰਫ ਦੋ ਹੀ ਸ਼ਾਮਲ ਆਉਂਦੀ ਹੈ ਇਸ ਲਈ ਤਜੱਸਸ ਹੈ ਤੇ ਰੁਮੇਲ ਸਾਹਿਬ ਵੀ ਗੱਲ ਕਰਨ ਦੇ ਰਹੇ ਮੈਂ ਵੀ ਕਰਨ ਦੇ ਆ ਬਾਕੀ ਉਹ ਸਾਡੀ ਵੱਡੀ ਬਾਜੀ ਹੈ ਸਾਡੀ ਇੱਜ਼ਤ ਦੀ ਜਗ੍ਹਾ ਤੇ ਹੈ ਤੇ ਇਹ ਨਾ ਕੋਈ ਸਮਝੇ ਵੀ ਗੁਸਤਾਖੀ ਕਰ ਰਹੇ ਤੇ ਉਹਨਾਂ ਆਖਿਆ ਸੀ ਵੀ 800 ਦਾ ਜੋੜਾ ਲੈਂਦੇ ਨੇ ਤੇ ਮੂੰਹ ਦੇ ਉੱਤੇ ਦੋ ਹੀ ਸ਼ਾਵਾਂ ਲਾਉਂਦੇ ਨੇ ਮੇਕਅੱਪ ਦੇ ਵਿੱਚ ਤੇ ਉਹ ਅਫਸਰ ਰੁਮੇਲ ਸਾਹਿਬ ਕੋ ਡਾਕਟਰ ਲੱਗਦੇ ਨੇ ਜਿਹੋ ਜੀ ਉਹਨਾਂ ਇਨਫੋਰਮੇਸ਼ਨ ਦਿੱਤੀ ਉਹਨਾਂ ਆਖਿਆ ਵੀ ਇਹ ਇਹ ਜਦੋਂ ਤੁਹਾਨੂੰ ਪਤਾ ਬੁੜਾਪੇ 'ਚ ਚਿਬ-ਛਿਬ ਪੈ ਜਾਂਦੇ ਨੇ ਨਾ ਮੂੰਹ ਤੇ ਗੱਲਾਂ ਛੱਲਾ ਅੰਦਰ ਹੋ ਜਾਂਦੀਆਂ ਨੇ ਝੁਰੜੀਆਂ ਪੈ ਜਾਂਦੀਆਂ ਨੇ ਮੈਂ ਆਪਣੀ ਗੱਲ ਕਰਨ ਡਿਆ ਕਿਸੇ ਹੋਰ ਦੀ ਨਹੀਂ ਤੇ ਇਹ ਇਹ ਜਿਹੜੇ ਤੁਸੀਂ بڑے بڑے ਐਕਟਰ ਵੇਖਦੇ ਹੋ ਸ਼ਾਹਰੁਖ ਖਾਨ ਤੇ ਦੂਜੇ ਮੈਨੂੰ ਪਤਾ ਉਹਨਾਂ ਲਵਾਏ ਨੇ ਕਿ ਨਹੀਂ ਮੈਂ ਵੈਸੇ ਤੁਹਾਨੂੰ ਕਹਿ ਰਿਹਾ ਵੀ بڑے بڑے ਜਿਹੜੇ ਐਕਟਰ ਨੇ ਨਾ ਅਕਸਰ ਉਹ ਫਿਰ ਆਪਣੇ ਜਿਵੇਂ ਹਵਾ ਨਹੀਂ ਭرائی ਦੀ ਟਾਇਰ ਦੇ ਵਿੱਚ ਫੂਕ ਭرائی ਦੀ ਹੈ ਇਸ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਫਿੱਲਰ ਆਖਦੇ ਨੇ ਉਹ ਇੱਕ ਇਹੋ ਜਿਹਾ ਮਾਦਾ ਹੁੰਦਾ ਹੈ ਇੱਕ ਆਪਣਾ ਇੰਜੈਕਸ਼ਨ ਦੇ ਨਾਲ ਟੀਕੇ ਦੇ ਨਾਲ ਜਿਹੜਾ ਨਾ ਉਹ ਮੂੰਹ ਦੇ ਵਿੱਚ ਭਰ ਲੈਂਦੇ ਨੇ ਉਹ ਇੱਕ ਇਹੋ ਜਿਹਾ ਤੁਸੀਂ ਸਮਝੋ ਕਿ ਪਾਣੀ ਤੇ ਨਹੀਂ ਹੁੰਦਾ ਉਹ ਲੇਕਿਨ ਇਹੋ ਜਿਹਾ ਮਹਲੂਲ ਹੁੰਦਾ ਹੈ ਕਿ ਜਿਹੜਾ ਅੰਦਰ ਜਾ ਕੇ ਇੱਕ ਤੇ ਇਨਸਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਅੰਦਰ ਰਵੇ ਤੇ ਇਹ ਕੋ ਜਿਹੀ ਜੀ ਸ਼ਕਲ ਉਹਦਾਂ ਬਣਾਉਣੀ ਹੋਵੇ ਨਾ ਇਹ ਜਿਵੇਂ ਕੁੜੀਆਂ ਦੇ ਤੁਸੀਂ ਵੇਖਦੇ ਹੋ ਕਈ ਵਾਰੀ ਡਡੇ ਬੁੱਲ ਹੁੰਦੇ ਨੇ ਬੁੱਲ ਹੌਂਟਾਂ ਨੂੰ ਆਖਦੇ ਨੇ ਲਿਪਸ ਨੂੰ ਆਖਦੇ ਨੇ ਪੰਜਾਬੀ 'ਚ ਉਹ ਇੰਜ ਬੋਲ ਹੁੰਦੇ ਨੇ ਜਿਵੇਂ ਤੁਮੂੜੀਆਂ ਲੜੀਆਂ ਨੇ ਉਹ ਅਸਲ ਉਹ ਨਾ ਫਿਲਰ ਪਵਾਏ ਹੁੰਦੇ ਨੇ ਵਿੱਚੋਂ ਲੀਕੋਟ ਪਵਾਇਆ ਹੁੰਦਾ ਤੇ ਇਸੇ ਤਰੀਕੇ ਨਾਲ ਕਿਸੇ ਦੀ ਅੱਖਾਂ ਦੇ ਥੱਲੇ ਮੇਰਾ ਮਤਲਬ ਥੱਲੇ ਚਲੇ ਜਾਣਾ ਹਲਕੇ ਪੈ ਜਾਣਾ ਇੱਥੇ ਹਲਕੇ ਪੈ ਜਾਣਾ ਕਿਸੇ ਥਾਂ ਤੋਂ ਮੂੰਹ ਥੱਲੇ ਡਿੱਗ ਜਾਏ ਇਹ ਜਿਹੜੇ ਇਹ ਜਿਹੜੇ ਉੱਤੇ ਵਾਲੇ ਬੁੱਲ ਨੇ ਇਹਨਾਂ ਨੂੰ ਸੈੱਟ ਕਰਾਉਣਾ ਹੋਵੇ ਤੇ ਉਹ ਉਹਦੇ 'ਚ ਫਿਲਰ ਪਾਉਂਦੇ ਨੇ ਉਹ ਹੁਣ ਉਹਨੇ ਹਿਸਾਬ ਲਾਇਆ ਉਹਨੇ ਕਿਹਾ ਵੀ ਸਾਡੀ ਬਾਜੀ ਦੇ ਮੂੰਹ ਤੇ ਦੋ ਸ਼ਾਵਾਂ ਪਤਨ ਲੱਗਦੀਆਂ ਨੇ ਕਿ ਨਹੀਂ ਉਹਨਾਂ ਆਖਿਆ ਜੀ ਫਿਲਰ ਬਹੁਤ ਨੇ ਬਾਜੀ ਦੇ ਮੂੰ ਤੇ ਉਹਨਾਂ ਦੱਸਿਆ ਕਿ ਜਿਹੜਾ ਇੱਕ ਫਿਲਰ ਹੈ ਨਾ ਉਹਦੀ ਜਿਹੜੀ 3 ਮਿਲੀਮੀਟਰ ਉਹ ਨਿਕਾ ਜਿਹੜਾ ਕਤਰਾ ਜਿਹਾ ਹੁੰਦਾ ਐਵੇਂ ਟੀਕਾ 3 ਮਿਲੀਲੀਟਰ ਉਹਦਾ ਜਿਹੜਾ ਨਾ ਉਹ 390 ਡਾਲਰ ਆਸਟ੍ਰੇਲੀਅਨ ਡਾਲਰ ਦਾ ਹੁੰਦਾ ਇੱਥੇ ਜਦੋਂ ਮੈਂ ਡਾਕਟਰ ਸਾਹਿਬਾਂ ਕੋਲੋਂ ਪੁੱਛਿਆ ਜਿਹੜੀਆਂ ਇਹ ਕੰਮ ਕਰਦੀਆਂ ਨੇ ਤੇ ਉਹਨਾਂ ਆਖਿਆ ਵੀ ਇੱਥੇ ਤੇ ਉਹ 600 ਡਾਲਰ ਲੱਗ ਜਾਣਾ ਇਸ ਕੰਮ ਤੇ ਉਹਨਾਂ ਆਖਿਆ ਜੀ ਇਹ 6 ਇਸਤੇਮਾਲ ਹੁੰਦੇ ਨੇ ਮਤਲਬ 6 6 ਦੇ 600 ਡਾਲਰ ਦੇ ਕਹਿ ਲਓ ਆਪਣਾ 2400 ਡਾਲਰ ਦੇ ਇਹ ਇੱਕ ਜਿਹੜਾ ਹੈ ਨਾ ਇਹ 6 ਇੰਜੈਕਸ਼ਨ ਜਿਹੜੇ ਨਾ ਇਹ ਲੱਗਦੇ ਨੇ ਤਕਰੀਬਨ ਮੀਨ 6 ਫਿਲਰ ਪੈਂਦੇ ਨੇ ਜਿੱਡਾ ਕੋਨਾਂ ਦਾ ਹਿਸਾਬ ਕਿਤਾਬ ਹੈ ਨਾ ਮੂੰਹ ਬਾਜੀ ਦਾ ਵੀ ਮੇਰੇ ਤਰ੍ਹਾਂ ਵੱਡਾ ਹੈ ਮੇਰੀ ਬਾਜੀ ਜੂ ਹੈ ਤੇ ਉਹ ਕਿਉਂਕਿ ਪਹਿਲਵਾਨਾ ਦੀ ਧੀ ਹੈ ਤੇ ਉਹ ਉਸ ਹਿਸਾਬ ਦੇ ਨਾਲ ਫਿਰ ਫਿਲਰ ਵੀ ਬਹੁਤੇ ਪੈਂਦੇ ਨੇ ਤੇ ਬਾਜੀ ਨੇ ਜ਼ਰਾ ਆਪਣਾ ਕੰਮ ਵੀ ਇਹ ਜ਼ਿਆਦਾ ਕਰਾਇਆ ਹੋਇਆ ਤੇ ਇਸ ਵਜ੍ਹਾ ਤੂੰ ਜਿਹੜਾ ਨਾ ਉਹ ਫਿਲਰ ਜ਼ਿਆਦਾ ਪੈਂਦੇ ਨੇ ਬਾਜੀ ਦੇ ਮੂੰਹ ਦੇ ਵਿੱਚ ਉਹ ਇਹ ਡਾਕਟਰ ਸਾਹਿਬ ਦਾ ਹੈ ਆਈਡੀਆ ਮੇਰਾ ਨਹੀਂ ਮੇਰੇ ਮਗਰ ਨਾ ਪੈ ਜੇਉਣ ਲੱਠ ਲੈ ਕੇ ਉਹ ਆਂਦੇ ਨੇ ਵੀ 390 ਆਸਟ੍ਰੇਲੀਅਨ ਡਾਲਰ ਦਾ ਇੱਕ ਫਿਲਰ ਹੈ ਤੇ 6 ਲੱਗਦੇ ਨੇ ਤੇ ਹਰ 6 ਤੋਂ 8 ਹਫ਼ਤੇ ਬਾਅਦ ਇੱਥੇ ਜਿਹੜੀ ਡਾਕਟਰ ਸਾਹਿਬਾਂ ਨੂੰ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਕਿ ਡਿਪੈਂਡ ਕਰਦਾ ਹੈ ਕੋਈ ਕਿੱਡਾ ਗ ਸੋਨਾ ਲੱਗਣਾ ਚਾਹੁੰਦਾ ਵੀ ਉਹ ਇੱਕੋ ਜਿਹਾ ਹੀ ਰਵੇ ਤੇ ਫੇਰ ਤੇ ਹੋ ਸਕਦਾ 3-4 ਮਹੀਨਿਆਂ ਬਾਅਦ ਵੀ ਲਾਉਣੇ ਪੈਣ ਦੋ ਮਹੀਨਿਆਂ ਬਾਅਦ ਵੀ ਲਾਉਣੇ ਪੈਣ ਤੇ 6 ਮਹੀਨੇ ਵੀ ਕੱ ਏ ਕੋਈ ਜਨਾਬ ਇੱਥੇ ਅਮਰੀਕਾ ਜੇਕਰੇ ਕੰਮ ਹੋਵੇ ਤਾਂ 2.5 ਹਜ਼ਾਰ ਡਾਲਰ ਦਾ ਕੰਮ ਹੈ 2000 ਤੋਂ 2500 ਡਾਲਰ ਦਾ ਤੇ ਇਹ ਅਗਰ ਤੁਸੀਂ ਹਿਸਾਬ ਲਾ ਲਓ ਤੇ 8 ਲੱਖ ਰੁਪਏ ਦੇ ਤੇ ਉਹ ਟੀਕੇ ਸਿਰਫ ਉਹ ਟੀਕੇ ਜਿਹੜੇ ਨਾ ਉਹ ਲੱਗਦੇ ਨੇ ਤੇ ਇਹ ਆਂਦੇ ਨੇ 800 ਦਾ ਸੂਟ ਤੇ ਦੋ ਸ਼ਾਮਾਂ ਮੂੰਹ ਤੇ ਦੇਖੋ 800 ਦਾ ਸੂਟ ਨਹੀਂ 8 ਲੱਖ ਦੇ ਤੇ ਫਿਲਰ ਹੀ ਨੇ ਜਿਹੜੇ ਹਰ ਦੂਜੇ ਤੀਜੇ ਮਹੀਨੇ ਲੱਗਣਦੇ ਨੇ ਤੇ ਇਹ ਹੁਣ ਤੁਸੀਂ ਆਪਣਾ ਹਿਸਾਬ ਆਪ ਲਾ ਲਓ ਤੇ ਅਗਲੀ ਖਬਰ ਤੇ ਜਾਣੇ ਉਹਨਾਂ ਕਿਹਾ ਜੀ ਭਾਈ ਜੀ ਬਾਜੀ ਦੀ ਜਿਹੜੀ ਕ੍ਰਿਮੀਨਲ ਸਾਇਲੈਂਸ ਹੈ ਨਾ ਬਾਵਲਨਗਰ ਦੀ ਉੱਥੋਂ ਸਾਰੀ ਗੱਲ ਪਤਾ ਲੱਗਦੀ ਹੈ ਮਰੀਮ ਨਵਾਜ਼ ਅ즈ਮਾ ਬੁਖਾਰੀ ਮਰੀਮ ਔਰੰਗਜ਼ੇਬ ਆਈਜੀ ਪੰਜਾਬ ਇਹ ਸਾਰੇ ਰਿਸ਼ਤੇਦਾਰ ਨੇ ਤੇ ਇਹ ਸਾਰੇ ਬਸ ਇੰਟਰਟੇਨਰ ਨੇ ਬੋਲਨੇ ਉਹ ਤੁਸੀਂ ਕਮਲੇ ਹੋਏ ਬਾਜੀ ਫਾਰਮ 47 ਤੇ ਜਿੱਤੀ ਏ ਸਾਰਾ ਝੂਠਾ ਰਿਜ਼ਲਟ ਹੈ ਬਾਜੀ ਨੇ ਬਿਆਨ ਦੇਣਾ ਸੀ ਅਗਲੇ ਨੇ ਛੁੱਟੀ ਵਾਲੇ ਦਿਨ ਇਲੈਕਸ਼ਨ ਕਮਿਸ਼ਨ ਖਲਾ ਕੇ ਤੇ ਫਾਰਮ 47 ਜਿਹੜਾ ਜਾਲੀ ਇਸ਼ੂ ਕੀਤਾ ਵਾਪਸ ਲੈ ਕੇ ਤੇ ਫਾਰਮ 45 ਨਵਾਂ ਇਸ਼ੂ ਕਰ ਦੇਣਾ ਸੀ ਤੇ ਉਹ ਜਿਹੜੀ ਬਾਜੀ ਨੇ ਮਰਸੀਡੀਜ਼ ਦੇ ਵਿੱਚ 2 ਕਰੋੜ 73 ਲੱਖ ਦੇ ਟਾਇਰ ਪਵਾਏ ਨੂੰ ਫਿਰ ਤੂੰ ਚਲਾਉਣੀ ਸੀ ਭਰਾ ਮੇਰਾ ਤੇ ਬਾਜੀ ਕਮਲੀ ਆ ਉਹਨੇ ਕੋਈ ਨਹੀਂ ਬਿਆਨ ਦੇਣੇ ਇਹ ਇਹ ਜੁਨੇਦ ਸਾਹਿਬ ਬਾਜੀ ਨਹੀਂ ਬਿਆਨ ਦਿੰਦੀ ਇਹ ਹੁਜੇ ਉਹਨਾਂ ਕਹਿੰਦੇ ਜੀ ਗਿਲ ਬਾਈ ਬਹੁਤ ਫਨੀ ਹੈ ਮੈਂ ਪਠਾਨ ਐ ਬਟ ਮੈਨੂੰ ਤੁਹਾਡੇ ਪੰਜਾਬੀ ਵੀਲੌਗ ਬੜੇ ਚੰਗੇ ਲੱਗਦੇ ਨੇ ਲਵ ਫਰੋਮ ਰਸ਼ੀਆ ਤੁਹਾਡੀ ਮਿਹਰਬਾਨੀ ਹੈ ਜੀ ਮੈਨੂੰ ਕਾਸ਼ ਪਛਤੋ ਬੋਲਣੀ ਆਉਂਦੀ ਯਕੀਨ ਕਰੋ ਮੈਂ ਪਛਤੋ ਦੇ ਵਿੱਚ ਵੀ ਵੀਲੌਗ ਕਰਦਾ ਪਰ ਮੈਨੂੰ ਬੋਲਣੀ ਨਹੀਂ ਆਉਂਦੀ ਇਸ ਲਈ ਮੈਂ ਆਪਣੇ ਜਿਹੜੇ ਪਛਤੋ ਵਾਲੇ ਸਾਰੇ ਦੋਸਤ ਨੇ ਉਹਨਾਂ ਕੋਲੋਂ ਰਿਕੁਐਸਟ ਕਰਦਾ ਵੀ ਉਹ ਇਹ ਕੰਮ ਕਰਿਆ ਕਰਨ ਅੱਛਾ ਜੀ ਅਗੋਂ ਮੁਹੰਮਦ ਆਰਿਫ ਸਾਹਿਬ ਕਹਿੰਦੇ ਨੇ ਕਸਮ ਐ ਬਈ ਖੁਦਾ ਦੀ ਕਸਮ ਨਹੀਂ ਪੰਜਾਬੀ ਚ ਕਸਮ ਐ ਆਖੀਦਾ ਕਸਮੇ ਜਦੋਂ ਆਖੀ ਹੈ ਨਾ ਵੀ ਕਸਮੇ ਭਾਈ ਉਹਦੇ ਚ ਸਾਰੀ ਗੱਲ ਹੀ ਪੂਰੀ ਹੋ ਜਾਂਦੀ ਏ ਤੇ ਉਹ ਆਂਦੇ ਨੇ ਕਸਮੇ ਬਈ ਦੂਸਰੀ ਵਾਰੀ ਸੁਣਿਆ ਬੜਾ ਸੁਆਦ ਆਉਂਦਾ ਹੈ ਤੇ ਦੋ ਵਾਰੀ ਸੁਣਿਆ ਤੂੰ ਕੋਈ ਕੰਮ ਵੀ ਕਰ ਲਿਆ ਕਰੋ ਇਹ ਨਾਵੇਂ ਬੇਬੇ ਹਣ ਲਿੱਤਰ ਮਾਰੇ ਮੇਰੀ ਵਜ੍ਹਾ ਤੋਂ ਨਾਲ ਮੈਨੂੰ ਵੀ ਗਾਲਾਂ ਕੱਢੇ ਵੀ ਸਾਰਾ ਦਿਨ ਕਿਹੜੇ ਕੰਮ ਹੀ ਮੁੰਡੇ ਨੂੰ ਲਾਤਾ ਇੱਕੋ ਵਾਰੀ ਭਰਾ ਮੇਰੇ ਸੁਣਿਆ ਕਰ ਤੇ ਕਰਦਾ ਕੋਈ ਕੰਮਕਾਰ ਵੀ ਕਰਿਆ ਕਰ ਮੇਰੇ ਵਗਰ ਨਾ ਬੇਬੇ ਜੀ ਨੂੰ ਪਵਾ ਦੇਈਂ ਅੱਛਾ ਜੀ ਅਗਰ ਅੱਗੇ ਸਰਵਰ ਆ আলম ਸਾਹਿਬ ਆਂਦੇ ਨੇ ਕਿ ਯੂਅਰ ਪੰਜਾਬੀ ਵੀਲੌਗ ਇਜ਼ ਅ ਰਿਫਰੈਸ਼ਰ ਕੋਰਸ ਫਾਰ ਓਵਰਸੀਜ਼ ਪੰਜਾਬੀਜ਼ ਚਲੋ ਜੀ ਅਗਰ ਰਿਫਰੈਸ਼ਰ ਕੋਰਸ ਹੋ ਰਿਹਾ ਪੰਜਾਬੀ ਆ ਰਹੀ ਤੇ ਇਹਦੇ ਬਦਲੇ ਕਰਨਾ ਤੁਸੀਂ ਇਹ ਹੈ ਕਿ ਇੱਕ ਅੱਧਾ ਜਿਹੜਾ ਗਰੀਬ ਬੰਦਾ ਪਾਕਿਸਤਾਨ ਚ ਹੈ ਨਾ ਉਹਨੂੰ ਰਾਸ਼ਨ ਰੂਸ਼ਨ 깔ਣਾ ਸ਼ੁਰੂ ਕਰੋ ਜੇ ਬਾਹਰ ਰਹਿੰਦੇ ਜੇ ਤੇ ਤਾਂ ਕਿ ਇਸੇ ਭਾਨੇ ਕੰਮ ਹੋਵੇ ਤੇ ਮੇਰਾ ਜਿਹੜਾ ਰਿਫਰੈਸ਼ਰ ਕੋਰਸ ਹੋ ਰਿਹਾ ਇਹਦੀ ਫੀਸ ਵਸੂਲ ਹੋ ਜਾਏ ਤੁਹਾਡੇ ਕੋਲੋਂ ਠੀਕ ਹੈ ਜੀ ਅਗਲਾ ਜਿਹੜਾ ਨੇ ਜੀ ਮੁਹੰਮਦ ਆਰਫ ਸਾਹਿਬ ਨੇ ਫੇਰ ਆਖਿਆ ਜੀ ਮੈਂ ਪੱਕਾ ਉਰਦੂ ਸਪੀਕਿੰਗ ਐ ਪਰ ਤੁਹਾਡੇ ਜਿਹੜੇ ਮੰਨੇ ਤੇ ਪਰਮੰਨੇ ਸ਼ਾਗਿਰਦ ਹੋ ਗਏ ਆ ਅਸੀਂ ਹੁਣ ਇਹ ਮੰਨੇ ਪਰਮੰਨੇ ਜਿਨ੍ਹਾਂ ਨੂੰ ਨਹੀਂ ਸਮਝਣਾ ਉਹ ਨਾ ਆਸਤੇ ਮੈਂ ਦੱਸਾਂ ਵੀ ਜਦੋਂ ਕਿਸੇ ਨੂੰ ਆਖੀਦਾ ਨਾ ਵੈਲ ਰੈਨਾਉਂਡ ਸਮਝਦੇ ਹੋ ਨਾ ਵੈਲ ਰੈਨਾਉਂਡ ਬੜਾ ਮਸ਼ਹੂਰ ਆਦਮੀ ਜਿਹੜਾ ਹੋਵੇ ਨਾ ਉਹਨੂੰ ਆਂਦੇ ਨੇ ਮੰਨੇ ਪਰਮੰਨੇ ਤੇ ਇਹਨਾਂ ਨੇ ਉਹ ਗੱਲ ਕੀਤੀ ਅੱਛਾ ਜੀ ਵਲੀਦ ਅਰਸ਼ਾ ਸਾਹਿਬ ਆਂਦੇ ਨੇ ਗਿੱਲ ਸਾਹਿਬ ਕੰਮ ਚੁੱਕ ਕੇ ਰੱਖੋ ਕਿੰਨਾ ਚੁੱਕਾਂ ਹੋਰ ਦੱਸੋ ਮੈਨੂੰ ਫਿਰ ਮੇਰਾ ਮਤਲਬ ਇਤੋਂ ਹੀ ਨਾ ਚੁੱਕਿਆ ਜਾਵਾ ਉਹਨਾਂ ਦੀ ਮਾਰਤ ਤੁਹਾਨੂੰ ਪਤਾ ਉਹਨਾਂ ਕੋ ਜਿਹੜੇ ਮਜ਼ਾਇਲ ਨੇ ਉਹ ਬੈਨੁਲ ਬਰ ਰਿਆਜ਼ਮੀ ਵੀ ਨੇ ਜਿੰਨਾ ਕ ਭਾਈ ਮੇਰੇ ਆ ਮੈਂ ਕੰਮ ਚੁੱਕਿਆ ਆਪਣੀ ਔਕਾਤ ਤੋਂ ਤੇ ਹਜੇ ਵੀ ਬਹੁਤਾ ਚੁੱਕਿਆ ਬਾਕੀ ਤੇ ਤੁਸੀਂ ਵੇਖਿਆ ਵੀ ਬਹੁਤੇ ਸਾਰੇ ਬੰਦੇ ਜਿਹੜੇ ਨੇ ਉਹਦੇ ਹੁੰਗੜੀਆਂ ਪਾ ਕੇ ਤੇ ਸਤੂ ਪੀ ਕੇ ਤੇ ਉੱਤੇ ਚਾਦਰ ਲੈ ਕੇ ਲੰਮੇ ਪਏ ਨੇ ਬਹਰਲ ਫਿਰ ਵੀ ਅਸੀਂ ਜਿਹੜੇ ਚਾਰ ਬੰਦੇ ਆਂ ਬਾਹਰੋਂ ਕੰਮ ਚੁੱਕ ਚੱਕ ਕੇ ਰੱਖੀਦਾ ਤੇ ਚਲੋ ਹੋਰ ਚੁੱਕਦੇ ਆਂ ਭਾਈ ਜੀ ਕੋਸ਼ਿਸ਼ ਕਰ ਅੱਛਾ ਜੀ ਇਹ ਬੜਾ ਜ਼ਬਰਦਸਤ ਕਮੈਂਟ ਹੈ ਨਾ ਇਹਨਾਂ ਨੇ ਇਹਨਾਂ ਨੂੰ ਇੱਥੇ ਵੀ ਖਤਰਾ ਹੈ ਵੀ ਚੋਰੀ ਨizamdin ਨੇ ਚੁੱਕ ਲੈਣਾ ਇਹਨਾਂ ਨੇ ਆਪਣਾ ਨਾਮ ਮੁਸਲਮ ਰੱਖਿਆ ਇਹਨਾਂ ਕਹਿੰਦਾ ਵੀ ਹੁਣ ਇਹਨੇ 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 ਅਰਬ ਮੁਸਲਮਾਨ ਨੇ ਕਿੰਨੂੰ ਚੁੱਕਣਗੇ ਉਹਨਾਂ ਆਖਿਆ ਜੀ ਮੈਂ ਲੰਬਾੜਚ ਰਹਿਣਾ ਮੈਂ ਉਰਦੂ ਵੀ ਨਹੀਂ ਬੋਲ ਸਕਦਾ ਤੇ ਪੰਜਾਬੀ ਵੀ ਨਹੀਂ ਬੋਲ ਸਕਦਾ ਅੰਗਰੇਜ਼ੀ ਬੋਲਦੇ ਹੁਣ ਨਾ ਮਾਂ ਪਿਓ ਜਦੋਂ ਇੱਥੇ ਬੱਚਿਆਂ ਨਾਲ ਸ਼ੁਰੂ ਚ ਅੰਗਰੇਜ਼ੀ ਬੋਲਦੇ ਨੇ ਅੰਗਰੇਜ਼ੀ ਸੁਣਦੇ ਨੇ ਸਕੂਲੇ ਤੇ ਜਾ ਕੇ ਬੱਚਿਆਂ ਨੇ ਅੰਗਰੇਜ਼ੀ ਬੋਲਣੀ ਹੈ ਤੇ ਬੱਚਿਆਂ ਨੂੰ ਉਰਦੂ ਅੰਗਰੇਜ਼ੀ ਆਉਂਦੀ ਨਹੀਂ ਕਿਉਂਕਿ ਮਾਂ ਪਿਓ ਉਹਨਾਂ ਨਾਲ ਅੰਗਰੇਜ਼ੀ ਚ ਗੱਲ ਕਰ ਲੈਂਦੇ ਨੇ ਆਪੋ ਚ ਪੰਜਾਬੀ ਚ ਬੋਲਦੇ ਨੇ ਤੇ ਉਹ ਫਿਰ ਕੰਮ ਬਣਦਾ ਨਹੀਂ ਤੇ ਉਹ ਉਹਨਾਂ ਨੇ ਲੇਕਿਨ ਇੱਕ ਬੜੀ ਜ਼ਬਰਦਸਤ ਗੱਲ ਦੱਸੀ ਉਹਨਾਂ ਕਹਿੰਿਆ ਮੈਨੂੰ ਉਰਦੂ ਪੰਜਾਬੀ ਤੇ ਨਹੀਂ ਆਉਂਦੀ ਲੇਕਿਨ ਮੇਰੇ ਜਿਹੜੇ ਮਾਪਿਓ ਨੇ ਪੰਜਾਬੀ ਬੋਲਦੇ ਨੇ ਲੇਕਿਨ ਜੇ ਉਸ ਵੇਲੇ ਮੇਰੀ ਛਤਰੋਲ ਹੁੰਦੀ ਹੈ ਨਾ ਤੇ ਮੈਨੂੰ ਡਾਂਡ ਬਡ ਪੈਂਦੀ ਹੈ ਉਹ ਪੰਜਾਬੀ ਜੀ ਪੈਂਦੀ ਉਹ ਪੁੱਤਰ ਜੀ ਸਵਾਦ ਨਹੀਂ ਆਉਂਦਾ ਉਰਦੂ ਦੇ ਵਿੱਚ ਨਾ ਗਾਲ ਕੱਢਣ ਦਾ ਸਵਾਦ ਕਿਸੇ ਬੰਦੇ ਕੱਢਣੀ ਨਹੀਂ ਚਾਹੀਦੀ ਗਾਲ ਪਰ ਜਿੱਡੀ ਭਰਵੀ ਗਾਲ ਪੰਜਾਬੀ ਦੀ ਉਹ ਕਿਸੇ ਹੋਰ ਸ਼ਾਇਦ ਹੀ ਨਹੀਂ ਹੈ ਤੇ ਨਾ ਗਾਲ ਕੱਢਣ ਦਾ ਸਵਾਦ ਆਉਂਦਾ ਪੰਜਾਬੀ ਤੋਂ ਬਗੈਰ ਤੇ ਨਾ ਲਿਟਰੇਸ਼ਨ ਦਾ ਮਾਵਾਂ ਨੂੰ ਸਵਾਦ ਆਉਂਦਾ ਤੇ ਪੁੱਤਰ ਜਿਹੜਾ ਲਿੱਤਰ ਪੌਲਾ ਇਹ ਤੇ ਪੰਜਾਬੀ ਜੀ ਹੋਣਾ ਤੁਹਾਡਾ ਭਾਵੇਂ ਤੁਸੀਂ ਅਮਰੀਕਾ ਰਵੋ ਤੇ ਜਿੱਥੇ ਮਰਜ਼ੀ ਰਵੋ ਜਿੱਥੇ-ਜਿੱਥੇ ਪੰਜਾਬ ਦੀਆਂ ਧੀਆਂ ਹੈ ਨੇ ਉਹਨਾਂ ਆਪਣੇ ਜਵਾਕਾਂ ਦਾ ਲਿੱਤਰ ਪੌਲਾ ਪੰਜਾਬੀ ਜੀ ਕਰਨਾ ਤੇ ਠੀਕ ਵੀ ਉਹਦੇ ਚ ਹੀ ਰਹਿੰਦਾ ਹੈ ਅੱਛਾ ਜੀ ਅਗਲਾ ਜਿਹੜਾ ਕਮੈਂਟ ਹੈ ਨਾ ਜੀ ਉਹ ਨਾ ਆਖਿਆ ਜੀ ਕਿ ਮੈਂ ਸਿੰਧੀ ਹਾਂ ਤੇ ਤੁਸੀਂ ਸਿੰਧ ਦੇ ਮਸਲਿਆਂ ਦੇ ਉੱਤੇ ਗੱਲ ਨਹੀਂ ਕਰਦੇ ਇਹ ਭਾਈ ਜੀ ਕਰਾਂਗੇ ਤੁਸੀਂ ਹੁਣ ਇਸ ਤਰ੍ਹਾਂ ਕਰੋ ਸਿੰਧ ਦੇ ਮਸਲੇ ਲਿਖਿਆ ਕਰੋ ਦੱਸਿਆ ਕਰੋ ਜਿਹੜੇ ਬਾਕੀ ਤੇ ਸਾਰੇ ਪਾਕਿਸਤਾਨ ਦੇ ਇੱਕੋ ਜਿਹੇ ਮਸਲੇ ਨੇ ਲੇਕਿਨ ਜਿਹੜੇ ਕੋਈ ਖਾਸ ਮਸਲੇ ਤੁਸੀਂ ਚਾਹੁੰਦੇ ਹੋ ਵੀ ਸਿੰਧ ਦੇ ਅਸੀਂ ਗੱਲ ਕਰੀਏ ਉਹ ਅਸੀਂ ਇਨਸ਼ਾਅੱਲਾ ਜਿਹੜਾ ਨਾ ਉਹ ਅਗਲੀ ਵਾਰੀ ਤੋਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ ਤੇ ਮੈਨੂੰ ਹੁਣ ਇਜਾਜ਼ਤ ਦਿਓ ਕਿਉਂਕਿ ਲੰਮਾ ਹੋ ਗਿਆ ਵੀ ਵਲੌਗ ਤੇ ਰੱਬ ਰਾਖਾ